ਕੈਨੇਡਾ ਸਰਕਾਰ ਵੱਲੋਂ ਕਮੰਤਰੀ ਸਰਹੱਦ 1 ਮਹੀਨਾ ਹੋਰ ਬੰਦ ਰੱਖਣ ਦੇ ਫੈਸਲੇ ਤੋਂ ਅਮਰੀਕਾ ਵਾਲੇ ਸਖਤ ਨਾਰਾਜ਼ ਹਨ ਅਤੇ ਰਾਸ਼ਟਰਪਤੀ ਜੋ ਬਾਈਡਨ ਨੂੰ ਇੱਕ ਪਾਸੜ ਤੌਰ ਤੇ ਬਾਰਡਰ ਖੋਲਣ ਦੀ ਅਪੀਲ ਕੀਤੀ ਜਾ ਰਹੀ ਹੈ ਨਿਊਯਾਰਕ ਤੋਂ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਬ੍ਰਾਇਨ ਹਿਗਿੰਸ ਨੇ ਕਿਹਾ ਕਿ ਜਦੋਂ ਐਨ ਐਚ ਐਲ ਦੇ ਖਿਡਾਰੀਆਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਤਾਂ ਦੋਵੇਂ ਟੀਕੇ ਲਗਵਾ ਚੁੱਕੇ ਅਮਰੀਕਾ ਵਾਸੀਆਂ ਨੂੰ ਬਾਰਡਰ ਪਾਰ ਕਰਨ ਤੋਂ ਰੋਕਣਾ ਬਿਲਕੁਲ ਬੇਤੁਕਾ ਫੈਸਲਾ ਹੈ